ਅਗਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹਾਈਵੇ 'ਤੇ ਸਫ਼ਰ ਕਰਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਆ। ਤਾਂ ਖੰਨਾ ਦੇ ਵਿੱਚ ਕੱਲ੍ਹ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿੱਥੇ ਖੰਨਾ ਦੇ ਬੱਸ ਸਟੈਂਡ ਨੇੜੇ ਫਲਾਈਓਵਰ ਉੱਤੇ ਇੱਕ ਤੇਲ ਦਾ ਟੈਂਕਰ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਟੈਂਕਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਭਿਆਨਕ ਤਬਾਹੀ ਆ ਜਿਹੜੀ ਉਹ ਹਾਈਵੇ 'ਤੇ ਦੇਖਣ ਨੂੰ ਮਿਲਦੀ ਹੈ। ਕਈ 100 ਮੀਟਰ ਤੱਕ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਉਹ ਹਾਈਵੇ ਉੱਤੇ ਜਲ ਰਹੀਆਂ ਹੁੰਦੀਆਂ ਨੇ, ਜਿਸ ਤੋਂ ਬਾਅਦ ਟੈਂਕਰ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ। ਸੁਰੱਖਿਆ ਦੇ ਜਿਹੜੇ ਕਾਰਜ ਨੇ ਉਹ ਕਰ ਲਏ ਜਾਂਦੇ ਨੇ। ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ, ਡਰਾਈਵਰ ਨੂੰ ਸੁਰੱਖਿਅਤ ਟੈਂਕਰ ਵਿੱਚੋਂ ਕੱਢ ਲਿਆ ਜਾਂਦਾ ਹੈ। ਲੇਕਿਨ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਇਸ ਫਲਾਈਓਵਰ ਨੂੰ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹ ਕਦਮ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਨੈਸ਼ਨਲ ਹਾਈਵੇ ਦੀ ਇੱਕ ਸਾਈਡ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਭਾਰੀ ਅੱਗ ਤੋਂ ਬਾਅਦ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਰਕੇ ਪੁਲ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ। ਇਸ ਕਰਕੇ ਨੈਸ਼ਨਲ ਹਾਈਵੇ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੀ ਇੱਕ ਲਾਈਨ ਨੂੰ 2 ਦਿਨ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਤਾਂ ਹੁਣ ਜਿਹੜਾ ਟ੍ਰੈਫਿਕ ਰਾਜਪੁਰਾ ਤੋਂ ਲੁਧਿਆਣਾ ਵੱਲ ਜਾਵੇਗਾ ਤਾਂ ਖੰਨੇ ਉਸ ਟ੍ਰੈਫਿਕ ਨੂੰ ਬਾਜ਼ਾਰ ਵਿੱਚੋਂ ਯਾਨੀ ਕਿ ਸਰਵਿਸ ਰੋਡ ਉੱਤੋਂ ਜਾਣਾ ਪਵੇਗਾ। ਖੰਨੇ ਦੇ ਵਿੱਚ ਭਾਰੀ ਜਾਮ ਹੁੰਦਾ ਹੈ, ਜਿਸ ਕਰਕੇ ਉੱਥੇ ਛੋਟੀਆਂ ਸੜਕਾਂ ਉੱਤੇ ਅਕਸਰ ਹੀ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ ਅਤੇ ਇਸ ਕਰਕੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਯਾਤਰਾ ਦੇ ਵਿੱਚ ਦੇਰੀ ਲੱਗ ਸਕਦੀ ਹੈ। ਤਾਂ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਦੇ ਫਲਾਈਓਵਰ ਨੂੰ ਬੰਦ ਕੀਤਾ ਗਿਆ ਹੈ। 2 ਦਿਨ ਤੱਕ ਫਲਾਈਓਵਰ ਦੀ ਜਾਂਚ ਕੀਤੀ ਜਾਵੇਗੀ, ਅਗਰ ਸਾਰਾ ਕੁਝ ਸਹੀ ਪਾਇਆ ਗਿਆ ਉਸ ਤੋਂ ਬਾਅਦ ਪੁਲ ਨੂੰ ਆਮ ਲੋਕਾਂ ਲਈ ਦੁਬਾਰਾ ਤੋਂ ਖੋਲ੍ਹ ਦਿੱਤਾ ਜਾਵੇਗਾ। ਅਗਰ ਤੁਸੀਂ ਵੀ ਆਉਣ ਵਾਲੇ ਦਿਨਾਂ ਵਿੱਚ ਨੈਸ਼ਨਲ ਹਾਈਵੇ 'ਤੇ ਸਫ਼ਰ ਕਰਨਾ ਹੈ ਤਾਂ ਇਹ ਖਬਰ ਤੁਹਾਡੇ ਲਈ ਬੇਹੱਦ ਜ਼ਰੂਰੀ ਆ। ਤਾਂ ਖੰਨਾ ਦੇ ਵਿੱਚ ਕੱਲ੍ਹ ਇੱਕ ਵੱਡਾ ਸੜਕ ਹਾਦਸਾ ਵਾਪਰਿਆ ਸੀ, ਜਿੱਥੇ ਖੰਨਾ ਦੇ ਬੱਸ ਸਟੈਂਡ ਨੇੜੇ ਫਲਾਈਓਵਰ ਉੱਤੇ ਇੱਕ ਤੇਲ ਦਾ ਟੈਂਕਰ ਪਲਟ ਜਾਂਦਾ ਹੈ, ਜਿਸ ਤੋਂ ਬਾਅਦ ਟੈਂਕਰ ਨੂੰ ਅੱਗ ਲੱਗ ਜਾਂਦੀ ਹੈ ਅਤੇ ਭਿਆਨਕ ਤਬਾਹੀ ਆ ਜਿਹੜੀ ਉਹ ਹਾਈਵੇ 'ਤੇ ਦੇਖਣ ਨੂੰ ਮਿਲਦੀ ਹੈ। ਕਈ 100 ਮੀਟਰ ਤੱਕ ਅੱਗ ਦੀਆਂ ਲਪਟਾਂ ਨੇ ਜਿਹੜੀਆਂ ਉਹ ਹਾਈਵੇ ਉੱਤੇ ਜਲ ਰਹੀਆਂ ਹੁੰਦੀਆਂ ਨੇ, ਜਿਸ ਤੋਂ ਬਾਅਦ ਟੈਂਕਰ ਨੂੰ ਰਸਤੇ ਵਿੱਚੋਂ ਹਟਾ ਦਿੱਤਾ ਜਾਂਦਾ ਹੈ। ਸੁਰੱਖਿਆ ਦੇ ਜਿਹੜੇ ਕਾਰਜ ਨੇ ਉਹ ਕਰ ਲਏ ਜਾਂਦੇ ਨੇ। ਰਾਹਤ ਦੀ ਗੱਲ ਇਹ ਰਹਿੰਦੀ ਹੈ ਕਿ ਇਸ ਹਾਦਸੇ ਦੇ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੁੰਦਾ, ਡਰਾਈਵਰ ਨੂੰ ਸੁਰੱਖਿਅਤ ਟੈਂਕਰ ਵਿੱਚੋਂ ਕੱਢ ਲਿਆ ਜਾਂਦਾ ਹੈ। ਲੇਕਿਨ ਹੁਣ ਵੱਡੀ ਖਬਰ ਇਹ ਆ ਰਹੀ ਹੈ ਕਿ ਇਸ ਫਲਾਈਓਵਰ ਨੂੰ ਬੰਦ ਕਰ ਦਿੱਤਾ ਗਿਆ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਵੱਲੋਂ ਇਹ ਕਦਮ ਸੁਰੱਖਿਆ ਦੇ ਮੱਦੇਨਜ਼ਰ ਚੁੱਕਿਆ ਗਿਆ ਹੈ। ਨੈਸ਼ਨਲ ਹਾਈਵੇ ਦੀ ਇੱਕ ਸਾਈਡ ਨੂੰ ਬੰਦ ਕਰ ਦਿੱਤਾ ਗਿਆ ਹੈ ਕਿਉਂਕਿ ਭਾਰੀ ਅੱਗ ਤੋਂ ਬਾਅਦ ਇਸ ਗੱਲ ਦਾ ਪਤਾ ਲਗਾਇਆ ਜਾ ਰਿਹਾ ਹੈ ਕਿ ਤਾਪਮਾਨ ਜ਼ਿਆਦਾ ਹੋਣ ਕਰਕੇ ਪੁਲ ਨੂੰ ਕੋਈ ਨੁਕਸਾਨ ਨਾ ਪਹੁੰਚਿਆ ਹੋਵੇ। ਇਸ ਕਰਕੇ ਨੈਸ਼ਨਲ ਹਾਈਵੇ ਦੇ ਵੱਲੋਂ ਸੁਰੱਖਿਆ ਦੇ ਮੱਦੇਨਜ਼ਰ ਪੁਲ ਦੀ ਇੱਕ ਲਾਈਨ ਨੂੰ 2 ਦਿਨ ਵਾਸਤੇ ਬੰਦ ਕਰ ਦਿੱਤਾ ਗਿਆ ਹੈ। ਤਾਂ ਹੁਣ ਜਿਹੜਾ ਟ੍ਰੈਫਿਕ ਰਾਜਪੁਰਾ ਤੋਂ ਲੁਧਿਆਣਾ ਵੱਲ ਜਾਵੇਗਾ ਤਾਂ ਖੰਨੇ ਉਸ ਟ੍ਰੈਫਿਕ ਨੂੰ ਬਾਜ਼ਾਰ ਵਿੱਚੋਂ ਯਾਨੀ ਕਿ ਸਰਵਿਸ ਰੋਡ ਉੱਤੋਂ ਜਾਣਾ ਪਵੇਗਾ। ਖੰਨੇ ਦੇ ਵਿੱਚ ਭਾਰੀ ਜਾਮ ਹੁੰਦਾ ਹੈ, ਜਿਸ ਕਰਕੇ ਉੱਥੇ ਛੋਟੀਆਂ ਸੜਕਾਂ ਉੱਤੇ ਅਕਸਰ ਹੀ ਟ੍ਰੈਫਿਕ ਜਾਮ ਲੱਗਿਆ ਰਹਿੰਦਾ ਹੈ ਅਤੇ ਇਸ ਕਰਕੇ ਅੰਮ੍ਰਿਤਸਰ ਜਾਣ ਵਾਲੇ ਯਾਤਰੀਆਂ ਨੂੰ ਯਾਤਰਾ ਦੇ ਵਿੱਚ ਦੇਰੀ ਲੱਗ ਸਕਦੀ ਹੈ। ਤਾਂ ਖੰਨਾ ਦੇ ਵਿੱਚ ਨੈਸ਼ਨਲ ਹਾਈਵੇ ਦੇ ਫਲਾਈਓਵਰ ਨੂੰ ਬੰਦ ਕੀਤਾ ਗਿਆ ਹੈ। 2 ਦਿਨ ਤੱਕ ਫਲਾਈਓਵਰ ਦੀ ਜਾਂਚ ਕੀਤੀ ਜਾਵੇਗੀ, ਅਗਰ ਸਾਰਾ ਕੁਝ ਸਹੀ ਪਾਇਆ ਗਿਆ ਉਸ ਤੋਂ ਬਾਅਦ ਪੁਲ ਨੂੰ ਆਮ ਲੋਕਾਂ ਲਈ ਦੁਬਾਰਾ ਤੋਂ ਖੋਲ੍ਹ ਦਿੱਤਾ ਜਾਵੇਗਾ।